ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਕੁਝ ਦਿਨਾਂ ਤੋਂ ਆਪਾਂ ਕੀਰਤਨ ਵਿਸ਼ੇ ਦੀ ਵਿਚਾਰ ਕਰ ਰਹੇ ਹਾਂ, ਜਿਹਦੇ ਵਿੱਚ ਅੱਜ ਅਸੀਂ ਸਤਿਗੁਰੂ ਕੋਲੋਂ ਗੁਰਬਾਣੀ ਰਾਹੀਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕੀਰਤਨ ਕਿਹੜੀ ਬਾਣੀ ਦਾ ਕਰਨਾ ਹੈ, ਕਿਉਂਕਿ ਬਾਣੀਆਂ ਬਹੁਤ ਨੇ। ਕੀਤੀ ਅਖਾਣੀ, ਕੀਤੀ ਆ ਬਾਣੀ, ਕਿਤੇ ਪਾਤ ਨਰਿੰਦ, ਲੇਕਿਨ ਸਿੱਖ ਨੇ ਕਿਹੜੀ ਬਾਣੀ ਦਾ ਕੀਰਤਨ ਕਰਨਾ ਹੈ ਜਾਂ ਕਿਹੜੀ ਬਾਣੀ ਦਾ ਕੀਰਤਨ ਸੁਣਨਾ? ਅੱਜ ਤਾਂ ਪਹਿਲਾ ਪ੍ਰਮਾਣ ਗੁਰੂ ਅਮਰਦਾਸ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਹੈ ਅਨੰਤ ਬਾਣੀ 'ਚੋਂ, ਜਿਸ ਵਿੱਚ ਤੀਸਰੇ ਨਾਨਕ ਬਖਸ਼ਿਸ਼ ਕਰਦੇ ਸਮਝਾਉਂਦੇ ਨੇ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਹੇ ਸਤਿਗੁਰੂ ਦੇ ਪਿਆਰੇ ਸਿੱਖੋ, ਆਓ ਗਾਵੋ ਸੱਚੀ ਬਾਣੀ, ਰਲ ਕੇ ਤੇ ਬਾਣੀ ਗਾਓ। ਕਿਹੜੀ ਬਾਣੀ ਗਾਓ? ਸੱਚੀ ਬਾਣੀ ਗਾਓ। ਸੱਚੀ ਬਾਣੀ ਜਿਹੜੀ ਸੱਚੇ ਦੀ ਬਾਣੀ ਹੈ, ਸੱਚਾ ਹੈ ਜਿਹੜਾ ਸਦਾ ਸਥਿਰ ਰਹਿਣ ਵਾਲਾ ਹੈ, ਜਿਹਨੇ ਸਦਾ ਰਹਿਣਾ, ਔਰ ਸੱਚੀ ਬਾਣੀ ਜਿਹੜੀ ਬਾਣੀ ਵੀ ਸਦਾ ਰਹੇਗੀ, ਉਹ ਸੱਚੇ ਦੀ ਉਸਤਤ ਕਰਨ ਵਾਲੀ ਸੱਚੀ ਬਾਣੀ, ਇਹ ਗਾਓ। ਇਹ ਕਿਹੜੀ ਹੈ ਸੱਚੀ ਬਾਣੀ ਸਤਿਗੁਰੂ ਜੀ? ਜਿਹੜੀ ਸੱਚੇ ਦੀ ਸੱਚੀ ਉਸਤਤ ਕਰਨ ਵਾਲੀ ਸੱਚੀ ਬਾਣੀ ਜਿਹਨੂੰ ਤੁਸੀਂ ਕਹਿ ਰਹੇ ਹੋ, ਕਿਹੜੀ ਬਾਣੀ ਹੈ? ਬਾਣੀ ਤਾਂ ਗਾਵੋ ਗੁਰੂ ਕੇਰੀ, ਆਪਣੇ ਗੁਰੂ ਦੀ ਬਾਣੀ ਗਾਓ। ਬਾਣੀਆਂ ਸਿਰ ਬਾਣੀ, ਇਹ ਬਾਣੀ ਸਾਰੀਆਂ ਬਾਣੀਆਂ ਤੋਂ ਉੱਪਰ ਬਾਣੀ ਹੈ, ਇਸ ਤੋਂ ਉੱਪਰ ਬਾਣੀ ਕੋਈ ਨਹੀਂ। ਔਰ ਸਾਡੇ ਗੁਰੂ ਨੇ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ, ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ, ਸਤਿਗੁਰੂ ਨੇ ਇੱਕ ਨਿਬੇੜਾ ਕਰਕੇ ਸਾਨੂੰ ਇੱਥੇ ਦੱਸ ਦਿੱਤਾ ਹੈ ਕਿ ਬਾਣੀ ਕੇਵਲ ਤੇ ਕੇਵਲ ਆਪਣੇ ਸਤਿਗੁਰੂ ਦੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗਾਣੀ ਹੈ, ਇਹਦਾ ਕੀਰਤਨ ਕਰਨਾ ਹੈ, ਇਹਦੇ ਨਾਲ ਜੁੜਨਾ ਹੈ। ਇਹ ਆਪ ਸੱਚੀ ਬਾਣੀ ਹੈ, ਸਾਨੂੰ ਵੀ ਸੱਚਿਆਰ ਬਣਾ ਦੇਗੀ। ਔਰ ਜਿਸ ਵੇਲੇ ਅਸੀਂ ਕੀਰਤਨ ਕਰ ਰਹੇ ਹਾਂ, ਗੁਰਬਾਣੀ ਕਿਸੇ ਰੂਪ ਦੇ ਵਿੱਚ ਪੜ੍ਹ ਰਹੇ ਹਾਂ ਨਾ, ਉਹਦਾ ਅਸਲੀ ਮਕਸਦ ਸਾਡੇ ਜੀਵਨ ਦੇ ਵਿੱਚ ਇਹ ਹੈ, ਉਹਦਾ ਅਲੌਕਿਕ ਗਿਆਨ ਪ੍ਰਾਪਤ ਕਰਨਾ, ਉਸ ਗਿਆਨ ਨੂੰ ਆਪਣੇ ਹਿਰਦੇ 'ਚ ਵਸਾ ਲੈਣਾ, ਕਿਉਂਕਿ ਉਸ ਗਿਆਨ ਨੇ ਸਾਨੂੰ ਉਸ ਅਕਾਲ ਪੁਰਖ ਨਾਲ ਜੋੜਨਾ। ਇਸੇ ਵਾਸਤੇ ਅਗਲੇ ਪ੍ਰਮਾਣ 'ਚ ਗੁਰੂ ਨਾਨਕ ਪਾਤਸ਼ਾਹ ਬਖਸ਼ਿਸ਼ ਕਰਦੇ ਸਮਝਾਉਂਦੇ ਨੇ, ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਹੁਣ ਇੱਥੇ ਇੱਕ ਹੋਰ ਬੇਨਤੀ ਕਰਾਂ, ਅਕਸਰ ਬਾਹਰ ਜਦੋਂ ਕਿਤੇ ਪ੍ਰਚਾਰ ਲਈ ਜਾਈਦਾ ਅਤੇ ਬੜੇ ਭੈਣਾਂ ਵੀਰ ਪੁੱਛਦੇ ਨੇ ਕਿ ਜੀ ਪਾਠ ਕਰਨੇ ਆ, ਮਨ ਨਹੀਂ ਟਿਕਦਾ, ਕੀਰਤਨ ਦੇ ਵਿੱਚ ਮਨ ਨਹੀਂ ਲੱਗਦਾ, ਕੀਰਤਨ ਸੁਣਨ ਲਈ ਬੈਠਦੇ ਹਾਂ ਬਸ ਮਨ ਨਹੀਂ ਲੱਗਦਾ। ਕਿਉਂ ਨਹੀਂ ਲੱਗਦਾ? ਆ ਸਤਿਗੁਰੂ ਸਾਨੂੰ ਗੱਲ ਸਮਝਾ ਰਹੇ ਨੇ, ਕੁੰਭੇ ਬੱਧਾ ਜਲ ਰਹੇ, ਜਲ ਮਿਣ ਕੁੰਭ ਨਾ ਹੋਏ। ਜਿਵੇਂ ਪਾਣੀ ਜਿਹੜਾ ਉਹਨੂੰ ਘੜਾ ਬੰਨ ਕੇ ਰੱਖਦਾ, ਅਤੇ ਜੇ ਘੜਾ ਟੁੱਟ ਜਾਏ ਤਾਂ ਪਾਣੀ ਸਾਰਾ ਬਿਖਰ ਜਾਂਦਾ, ਫਿਰ ਪਾਣੀ ਵੀ ਨਹੀਂ ਰਹਿੰਦਾ। ਗਿਆਨ ਕਬਤ ਦਾ ਮਨ ਰਹੇ, ਇਸ ਮਨ ਨੂੰ ਬੰਨਣਾ ਹੈ ਗੁਰੂ ਦੇ ਗਿਆਨ ਨੇ, ਗੁਰ ਬਿਨ ਗਿਆਨ ਨਾ ਹੋਏ। ਔਰ ਇਹ ਗਿਆਨ ਗੁਰੂ ਤੋਂ ਪ੍ਰਾਪਤ ਹੁੰਦਾ ਹੈ, ਗੁਰੂ ਤੋਂ ਬਿਨਾਂ ਹੋਰ ਕਿਸੇ ਗਿਆਨ ਨੇ ਨਹੀਂ ਮਨ ਨੂੰ ਬੰਨਣਾ। ਇਹ ਗੱਲ ਨੂੰ ਸਮਝ ਲਈਏ। ਜੇ ਗੁਰਬਾਣੀ ਦਾ ਕੀਰਤਨ ਹੋ ਰਿਹਾ ਅਤੇ ਉਹ ਗਿਆਨ ਅਸੀਂ ਪ੍ਰਾਪਤ ਕਰ ਰਹੇ ਹਾਂ ਨਾਲ ਨਾਲ, ਤਾਂ ਫਿਰ ਤਾਂ ਮਨ ਟਿੱਕੇ ਰਹੇਗਾ। ਗੁਰਬਾਣੀ ਪੜ੍ਹ ਰਹੇ ਹਾਂ,
ਉਹਦੇ ਵਿੱਚੋਂ ਗਿਆਨ ਪ੍ਰਾਪਤ ਕਰ ਰਹੇ ਹਾਂ, ਤੇਰਾ ਮਨ ਟਿਕ ਕੇ ਰਹੇਗਾ। ਲੇਕਿਨ ਜੇ ਗੁਰੂ ਦੀ ਬਾਣੀ ਤੋਂ ਸਿਵਾ ਹੋਰ ਕੀਰਤਨ ਕਰ ਰਹੇ ਹਾਂ ਤਾਂ ਫਿਰ ਮਨ ਨੇ ਕੀ ਟਿਕਣਾ ਹੈ। ਅਤੇ ਜੇ ਗੁਰਬਾਣੀ ਵੀ ਪੜ੍ਹ ਰਹੇ ਹਾਂ, ਗੁਰਬਾਣੀ ਦਾ ਵੀ ਕੀਰਤਨ ਹੋ ਰਿਹਾ, ਅਤੇ ਅਸੀਂ ਉਹਦੇ ਵਿੱਚੋਂ ਗਿਆਨ ਪ੍ਰਾਪਤ ਨਹੀਂ ਕਰ ਰਹੇ, ਤਾਂ ਵੀ ਮਨ ਨਹੀਂ ਟਿਕਣਾ। ਇੱਕ ਤਾਂ ਗਾਵੋ ਸੱਚੀ ਬਾਣੀ, ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਕੀਰਤਨ ਕਰੀਏ, ਔਰ ਉਹਦੇ ਵਿੱਚੋਂ ਫਿਰ ਗਿਆਨ ਪ੍ਰਾਪਤ ਕਰੀਏ, ਨਾਲ ਨਾਲ ਗਿਆਨ ਦਾ ਰਸ ਲਈਏ। ਅਸੀਂ ਮਿਊਜ਼ਿਕ ਦਾ ਰਸ ਲੈ ਰਹੇ ਹਾਂ। ਇੱਕ ਆਮ ਤੌਰ ਦੇ ਉੱਤੇ ਸਾਡੇ ਪ੍ਰਚਲਿਤ ਹੈ ਕਿ ਜਿਸ ਵੇਲੇ ਕੋਈ ਚੰਗਾ ਸਾਨੂੰ ਸੁਰਤਾਲ ਚੰਗੀ ਲੱਗੇ ਕਿਸੇ ਸ਼ਬਦ ਦੀ, ਅਤੇ ਅਸੀਂ ਫਰਮਾਇਸ਼ ਕਰਦੇ ਹਾਂ ਕਿ ਜੀ ਆਹ ਰਾਗੀ ਆ ਸ਼ਬਦ ਬਹੁਤ ਵਧੀਆ ਗਾਉਂਦੇ ਨੇ, ਉਹਨਾਂ ਨੂੰ ਇਹ ਕਹੋ ਜੀ ਵੀ ਇਹ ਸ਼ਬਦ ਗਾਉਣ। ਉੱਥੇ ਫਰਮਾਇਸ਼ ਲਿਖ ਕੇ ਭੇਜ ਦਿੰਦੇ ਹਾਂ ਕਿ ਇਹ ਸ਼ਬਦ ਗਾਓ ਜੀ। ਸਾਰੀ ਬਾਣੀ ਅੰਮ੍ਰਿਤ ਸਰੂਪ ਹੈ। ਇਹਦਾ ਮਤਲਬ ਅਸੀਂ ਉਸ ਰਾਗੀ ਦੀ ਸੁਰ ਦੇ ਤਾਲ ਦੇ ਨਾਲ ਜੁੜੇ ਹਾਂ, ਉਹਦੇ ਮਿਊਜ਼ਿਕ ਨਾਲ ਜੁੜੇ ਹਾਂ, ਉਹਦੀ ਆਵਾਜ਼ ਦੇ ਨਾਲ ਜੁੜੇ ਹਾਂ, ਗੁਰੂ ਦੇ ਗਿਆਨ ਨਾਲ ਨਹੀਂ ਜੁੜੇ। ਜੇ ਗੁਰੂ ਦੇ ਗਿਆਨ ਨਾਲ ਜੁੜੀਏ ਤਾਂ ਫਿਰ ਸੱਚ ਜਾਣੋ, ਸਾਰੇ ਗੁਰਬਾਣੀ ਦੇ ਕੀਰਤਨ ਦੇ ਵਿੱਚੋਂ ਹਰ ਸ਼ਬਦ ਦੇ ਵਿੱਚੋਂ ਸਾਨੂੰ ਇੱਕੋ ਜਿਹਾ ਰਸ ਆਏਗਾ, ਕਿਉਂਕਿ ਸਾਰੀ ਬਾਣੀ ਅੰਮ੍ਰਿਤ ਹੈ। ਆਪਣੇ ਗੁਰੂ ਦੀ ਬਾਣੀ ਗਾਈਏ, ਗੁਰਬਾਣੀ ਗਾਈਏ, ਸੁਣੀਏ ਅਤੇ ਉਹਦੇ ਗਿਆਨ ਦੇ ਨਾਲ ਜੁੜੀਏ, ਜੀਵਨ ਦਾ ਸਹੀ ਰਸਤਾ ਪ੍ਰਾਪਤ ਹੋ ਜਾਏਗਾ। ਅੱਜ ਬਸ ਇਤਨੇ ਕੁ ਬਚਨ ਪ੍ਰਵਾਨ ਕਰਨਾ, ਹੋਈਆਂ ਭੁੱਲਾਂ ਵਾਸਤੇ ਖਿਮਾ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ, ਗੁਰਬਾਣੀ ਕਹਿ ਸੇਵਕ ਜਨ ਮਾਨੈ। ਪਰ ਤਖ ਗੁਰੂ ਨਿਸਤਾਰੇ।